उस खबर तो जिस खबर ने कई गलवकड़ियां भी पवातियां जिस मसले ने ते पंजाब दियां विरोधी धिरां नूं एक मंच ते लिया खड़े कीता। जंगे आजादी यादगार मामले दे विच हमदर्द साहब नूं समण होए ने ते समणा तो बाद उन्होंने अपनी कानूनी पैरवाई की है। पंजाब दियां समुचियां विरोधी धिरां पंजाब दा राजपाल इस मसले दे विच इनवॉल्व होया, हर एक ने अपनी प्रतिक्रिया दिती है। दसा जा रहा है कि यह सियासी बदलाखोरी का मसला है, पर सवाल यह है कि जे विरोधी धिर हमदर्द साहब लिए कट्ठियां हो सकदियां ते पंजाब ते तां पत्रकार आ पंजाब दे विच तां पत्रकारां नाल बहुत अन्याय होया, बहुत धक्केशाहियां होईयां, उदों नहीं सी फर्ज बनता कि सारे मातड़ां लई रल के कट्ठियां जोर मारिया जांदा। प्रवीण जी, किन्ने ही ना साधु संत ने साडे जिहड़े बड़े कथावाचक ने, है ना, जिहड़े दस दस दिन दे आके ओ पंडाल ला के कथा करदे ने, फिर है ना, हाँ जी, ते ओ लोकां नूं प्रवचन दिंदे आ के मोह माया तो दूर लो, निर्लेप रहो, परमात्मा नाल जुड़ो। उन्हां नूं पुछो कि मैं गरीब हां ते मेरी तमन्ना है कि मेरे लिए तुसीं कथा करो, कर देणगे? नहीं करनगे। क्या बात है, क्योंकि ओ टेंटां दा करोड़ा लगदा। सही, उन्हां दीआं दुकानां भी अपणीआं हुंदीआं, उस 5 किलोमीटर च कोई होर बंदा दुकान भी नहीं खोल सकदा, कोई रेहड़ी आला कुल्फी पानी भी नहीं बेच सकदा, कोई धूफ अगरबत्ती भी नहीं बेच सकदा, उन्हां दी किताबां भी उन्हां दीआं बिकदीआं, सारा कुछ उन्हां दा बिकदा, लखां करोड़ां दा कंट्रैक्ट हुंदा उह 10 दिन दी कथा दा। हां जी, ते ओह फिर बड़ा बड़ा बंदा ही कर सकदा, उहदे लई ओह आउंदे ने ओह कथा करन, तुहाडे मेरे लई नहीं आउंदे। ਇਹ ਉਸੇ ਤਰ੍ਹਾਂ ਬੜੇ ਲੋਕ ਬੜੇ ਲੋਕਾਂ ਨੂੰ ਮੱਥਾ ਟੇਕਣ ਜਾ ਰਹੇ ਜੀ। ਅਦਾਰਾ ਅਜੀਤ ਅਦਾਰਾ ਵੱਡਾ ਅਦਾਰਾ, ਜੇਕਰ ਸੱਚਮੁੱਚ ਇਹ ਮਸਲਾ ਹੁੰਦਾ ਤਾਂ ਉਹ ਕਟਾਰੂ ਚੱਕ ਵਾਲਾ ਗਰੀਬ ਮੁੰਡੇ ਨੂੰ ਦਿੱਲੀ ਨਾ ਭੱਜਣਾ ਪੈਂਦਾ, ਹੀ ਲੀਡਰ ਖੜ ਜਾਂਦੇ ਉਹਦੇ ਹੱਕ ਚ, ਉਹ ਮਾਤੜ ਬੰਦਾ ਕਿਉਂ ਵਿਚਾਰਾ ਉੱਥੇ ਗਿਆ? ਸਰਕਾਰ ਦੀ ਧੱਕੇਸ਼ਾਹੀ ਕਿੰਨਿਆਂ ਤੇ ਹੋਈ ਆ ਪੰਜਾਬ ਚ, ਹਾਲ ਹੀ ਚ ਕਿੰਨਿਆਂ ਦੇ ਪੇਜ ਬੰਦ ਹੋਏ ਨੇ, ਕਿੰਨਿਆਂ ਦੇ ਚੈਨਲ ਰੋਕੇ ਗਏ ਨੇ, ਕਿਉਂ ਨੀ? ਹਾਂ, ਅਜੀਤ ਇਹ ਭੂਮਿਕਾ ਨਿਭਾ ਸਕਦਾ ਸੀ। ਅਜੀਤ ਅਦਾਰਾ ਸਾਰੇ ਪੰਜਾਬ ਦੇ ਮੀਡੀਆ ਦੇ ਲਈ ਮੁੜਿਆ ਕੇ ਖੜਦਾ ਤੇ ਸਾਰੇ ਸ਼ਬਦ ਮੀਡੀਆ ਉਹਦੇ ਨਾਲ ਤੁਰਦਾ। ਮੀਡੀਆ ਦਾ ਮੰਚ ਨਹੀਂ ਸੀ, ਉਹ ਰਾਜਨੀਤਿਕ ਮੰਚ ਸੀ। ਰਾਜਨੀਤਿਕ ਮੰਚ ਸੀ, ਸਹੀ ਕਿਹਾ ਤੁਸੀਂ, ਰਾਜਨੀਤਿਕ ਧਿਰਾਂ ਸੀ ਸਾਰੀਆਂ। ਸੋ ਧਿਰਾਂ ਵੀ ਕੀ ਹਮਦਰਦ ਸਾਹਿਬ ਦੇ ਹੱਕ ਚ ਗਈਆਂ ਸੀ ਜਾਂ ਸਰਕਾਰ ਦੇ ਵਿਰੋਧ ਚ ਗਈਆਂ ਸੀ? ਆਪਣੇ ਸਵਾਲ ਜੀ, ਇਹਨਾਂ ਨੂੰ ਇਹਨਾਂ ਦੇ ਆਪਣੇ ਡਰਾਂ ਨੇ, ਆਪਣੀਆਂ ਚੋਰ ਮੋਰੀਆਂ ਨੇ, ਆਪਣੇ ਪਾਲੇ ਨੇ ਇਕੱਠਾ ਕੀਤਾ ਜਾਂ ਅਜੀਤ ਦੀ ਆੜ ਲੈ ਕੇ ਇਕੱਠੇ ਹੋਏ ਨੇ? ਬਿਲਕੁਲ ਸਹੀ ਆ, ਪਹਿਲੂ ਕੀ ਹੈ ਇਹ ਸਮਝਣ ਦੀ ਲੋੜ ਆ। ਹਾਂ, ਸਵਾਲ ਇਹ ਹੈ ਕਿ ਅਜੀਤ ਦਾ ਪੰਜਾਬ ਦੇ ਵਿੱਚ ਰੋਲ ਅਹਿਮ ਹੈ, ਸਵਾਲ ਇਹ ਹੈ ਕਿ ਅਜੀਤ ਦੀ ਭੂਮਿਕਾ ਅਹਿਮ ਹੈ, ਸਰਕਾਰ ਜਿਹੋ ਜਿਹੀ ਵਧੀਕੀ ਤੇ ਉਤਰੀ ਹੈ, ਜਿਹੋ ਜਿਹੀ ਧੱਕੀਸ਼ਾਹੀ ਤੇ ਉਤਰੀ ਹੈ, ਚਾਹੇ ਉਹ ਛੋਟਾ ਅਦਾਰਾ ਚਾਹੇ ਉਹ ਬੜਾ ਅਦਾਰਾ, ਸਰਕਾਰ ਜਿਵੇਂ ਆਪਣੇ ਆਪ ਨੂੰ ਸਰਕਾਰ ਸਮਝ ਕੇ ਹੁਣ ਦਿਖਾ ਰਹੀ ਹੈ ਕਿ ਅਸੀਂ ਆਮ ਨਹੀਂ ਖਾਸ ਹਾਂ, ਉਹ ਵਰਤਾਰਾ ਸਹੀ ਨਹੀਂ ਹੈ ਉਸ ਮਸਲੇ ਤੇ। ਜੇਕਰ ਤਾਂ ਇਹ ਜੰਗੇ ਆਜ਼ਾਦੀ ਯਾਦਗਾਰ ਦਾ ਹੀ ਮਸਲਾ ਜੀ, ਫਿਰ ਤਾਂ ਫੰਡਾਂ ਦੀ ਇਨਕੁਆਇਰੀ ਬਿਲਕੁਲ ਹਰ ਪੱਧਰ ਤੇ ਹੋਣੀ ਚਾਹੀਦੀ ਆ, ਫਿਰ ਹਰੇਕ ਨੂੰ ਬੁਲਾਇਆ ਜਾ ਸਕਦਾ, ਹਰੇਕ ਤੋਂ ਪੁੱਛਗਿੱਛ ਹੋ ਸਕਦੀ ਆ, ਪਰ ਜਿਹੜੀ ਇਹਦੇ ਵਿੱਚੋਂ ਮੁਸਕ ਮਾਰਦੀ ਆ ਉਹ ਮਾਰਦੀ ਆ ਬਦਲਾਖੋਰੀ ਦੀ, ਤੇ ਬਦਲਾਖੋਰੀ ਦੀ ਸਿਰਫ ਇਸ ਕਾਰਨ ਕਿ ਅਜੀਤ ਸਾਡੇ ਹਿਸਾਬ ਨਾਲ ਨਹੀਂ ਲਿਖਦਾ, ਅਜੀਤ ਸਾਡੇ ਅਨੁਸਾਰ ਨਹੀਂ ਲਿਖਦਾ, ਅਜੀਤ ਸਾਡੇ ਹੱਕ ਚ ਨਹੀਂ ਲਿਖਦਾ, ਜੇ ਸਿਰਫ ਇਸ ਲਈ ਆ, ਫਿਰ ਮੈਨੂੰ ਲੱਗਦਾ ਕਿ ਸਾਰੇ ਮੀਡੀਆ ਕਰਮੀਆਂ ਦੀ ਸਹਾਇਤਾ ਦੀ ਲੋੜ ਸੀ ਜਾਂ ਰਾਜਨੀਤਿਕ ਧਿਰਾਂ ਦੀ ਲੋੜ ਸੀ? ਇਹ ਵੀ ਸਵਾਲ ਆ। ਸੋ ਰਾਜਨੀਤਿਕ ਧਿਰਾਂ ਦੀ ਆਉਣੀ ਆਪਣੀ ਮਜਬੂਰੀ ਸੀ ਜੀ, ਕਾਂਗਰਸ ਨੇ ਸੱਦਾ ਦਿੱਤਾ, ਕਾਂਗਰਸ ਦੇ ਸੱਦੇ ਦੇ ਉੱਤੇ ਕੀ ਅਕਾਲੀ, ਕੀ ਸੰਯੁਕਤ ਅਕਾਲੀ ਦਲ ਹੈ, ਕੀ ਬੈਂਸ ਭਰਾਵਾਂ ਵਾਲੀ ਪਾਰਟੀ, ਕੀ ਬੀਜੇਪੀ ਵਾਲੀ ਪਾਰਟੀ, ਕੀ ਕਾਮਰੇਡ, ਕੀ ਬਸਪਾ, ਕੀ ਹੋਰ ਦਲ, ਸਾਰੇ ਦਲ ਉੱਥੇ ਹਾਜ਼ਰੀ ਲਵਾਉਣ ਲਈ ਕਾਲੇ ਸੀ ਜੀ। ਇਸ ਲਈ ਬੇਸ਼ੱਕ ਇਹ ਮੰਨਿਆ ਹੀ ਜਾ ਰਿਹਾ ਕਿ ਸਰਕਾਰ ਅਖਬਾਰ ਦੀ ਆੜ ਦੇ ਵਿੱਚ, ਅਖਬਾਰ ਦੇ ਮਸਲੇ ਨੂੰ ਲੈ ਕੇ ਆੜ ਬਣਾ ਰਹੀ ਹੈ ਜੰਗ ਆਜ਼ਾਦੀ ਨੂੰ, ਮਸਲਾ ਮੀਡੀਆ ਦਾ, ਮਸਲਾ ਅਖਬਾਰ ਦਾ। ਔਰ ਕੱਲ ਵੱਡੀ ਧਿਰ ਚ ਮੈਂ ਦੇਖ ਰਿਹਾ ਸੀਗਾ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਲੋਕ ਇਨਸਾਫ਼ ਪਾਰਟੀ, ਲੋਕ ਭਲਾਈ ਪਾਰਟੀ, ਇਹਨਾਂ ਖੱਬੀਆਂ ਧਿਰਾਂ, ਇਹ ਸਾਰੀਆਂ ਲਗਭਗ ਉੱਥੇ ਹਾਜ਼ਰ ਸੀ। ਤੇ ਲੀਡਰ ਮਤਲਬ ਇੱਕ ਪਾਸੇ ਸ਼ੁਰੂ ਹੋ ਗਏ, ਦੂਜੇ ਪਾਸੇ ਦੇਖੋਗੇ ਤਾਂ ਵੱਡੇ ਵੱਡੇ ਇਹਨੇ ਜੱਫੀਆਂ ਵੀ ਪਵਾਤੀਆਂ ਇਸ ਹਮਦਰਦੀ ਨੇ, ਕਮਾਲ ਕੀਤਾ। ਇਹ ਹਮਦਰਦ ਬਰਜਿੰਦਰ ਸਿੰਘ ਹਮਦਰਦ ਔਰਾਂ ਦਾ ਔਰੇ ਦਾ ਅਸਰ ਸੀ ਮੈਨੂੰ ਲੱਗਦਾ ਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਬਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਵਰਗੇ ਜੱਫੀ ਵੀ ਪਾ ਗਏ ਜੀ। ਤੇ ਬੇਸ਼ੱਕ ਉਹਦੇ ਵਿੱਚ ਉਹਨਾਂ ਨੇ ਤੰਜ ਵੀ ਕਸਤਾ, ਕਹਿੰਦੇ ਕਿ ਮੈਂ ਜੱਫੀ ਉਹ ਪਾਈ ਆ, ਪੱਪੀ ਥੋੜਾ ਲਈ ਆ, ਮੈਂ ਕਟਾਰੂ ਚੱਕ ਦਿੱਤਾ ਵਿਰੋਧ ਚ, ਲੰਗਾਹ ਦਾ ਨਾਮ ਵੀ ਵਿੱਚ ਸੁਣਨ ਨੂੰ ਅਚਾਨਕ ਸੁਣਾਈ ਦਿੱਤਾ, ਫਿਰ ਵਿੱਚ ਲੰਗਾਹ ਦਾ ਨਾਮ ਵੀ ਜ਼ਿਕਰ ਆਇਆ ਹੈ ਨਾ ਜੀ। ਤੇ ਇਸ ਲਈ ਇਹ ਸਾਰੇ ਵਰਤਾਰੇ ਨੇ ਵੀ ਉੱਥੇ ਧਿਆਨ ਖਿੱਚਿਆ, ਪਰ ਕੱਲ ਪੰਜਾਬ ਸਰਕਾਰ ਦੀ ਵੀ ਨਜ਼ਰ ਸੀ ਜਲੰਧਰ ਚ,
कल एजेंसियां दी भी नजर सी जलंधर च है ना, कल पुलिस तंत्र दी भी नजर सी जलंधर च, कल मीडिया दी भी नजर सी जलंधर च, और ये सारी नजरसानी इसे वल नाल सी कि हाँ की ये लड़ाई सिर्फ अजीत दी लड़ाई है जां पंजाब दे समुचे मीडिया दी लड़ाई है। ये मीडिया दे खिलाफ हुण बाकियां दे लई बाकियां दा किसे ने कोई जंगे जादी यादगार उसारे नहीं गा, हाँ जी जिन्ने पेज बंद किते पत्रकारां दे, जिन्ने खाते बंद कराए, जिन्नी मोनेटाइजेशन रोकी उन्हां दी, जिन्हां दे घरां च पुलिस भेजी, उत्थे उन्होंने केड़े कपड़े किते जी, बिलकुल सही है, जंगे यादगारियां बनाईआं जी, केड़ियां उन्होंने ठेके लए ने जी, कदे ओह प्रधान चेयरमैन ने जी, दसो मैनूं। सो इथों समझ आउंदा इहदा मतलब तुसीं हरेक नूं नप्पणा चाहुंदे हो, ते उसे नप्प दे विच अखबार अजीत नूं भी उसे नप्पण दे इरादे नाल तुसीं ब्रजिंदर हमदर्द नूं भी सोचदे हो कि डरा लंगे, पर ब्रजिंदर हमदर्द नूं तां किन्ना दौर देखिआ, उह तजर्बा कम आउंदा होऊगा, उह पुराणा मतलब कि इक पासे खड़कूवाद दा दौर आ, इक पासे सरकार दीआं वधीकियां, इक पासे सरकार अपने इश्तिहार च पाउंदी आ, इक पासे खड़कू अपने च पाउंदे आ, दोवां च तालमेल करके चलाउण दी जेकर कला सी तां ब्रजिंदर हमदर्द कोल सी। जी बिलकुल, मतलब प्रवीण जी ये नहीं हुंदा कि चोन लड़ना, चोन जितना, कोई सरकारी सियासी ओहदा लेना, पार्टी का ओहदा लेना, सियासत नहीं हुंदा। जी जी, असीं तुसीं भी जो करदे आ सियासत दा हिस्सा है। जी सियासत है, पर सियासत तुहाडी किहदे पक्की है, निज पक्की अपनी दुख तकलीफा बंडन का भी। तो सियासत ने एक बार फिर साफ किया कि संभव असंभव शब्द नहीं है, इतने कुछ भी जी, सब कुछ संभव है। बिलकुल सही है, जेड़े एक दूजे की शक्ल देखनिया नहीं पसंद करते ਉਹ ਕੱਲ ਜੱਟੀਆਂ ਪਾ ਕੇ ਸਮੂਹਕ ਫੋਟੋਆਂ ਖਿਚਾ ਰਹੇ ਸੀ, ਜਿਹੜੇ ਇੱਕ ਦੂਏ ਦੇ ਮਤਲਬ ਲਈ ਟਿੱਪਣੀਆਂ ਇਹੋ ਜਿਹੀਆਂ ਕਰਦੇ ਸੀ ਕਿ ਸੌਦਾਗਰ ਹੈ, ਇਹ ਨਸ਼ੇ ਦਾ ਵਪਾਰੀ ਹੈ, ਹੈਨਾ ਇਹ ਲੰਬੂ ਹੈ, ਇਹ ਕੋਕੋਤਾਲੀ ਹੈ, ਹੈਨਾ ਇਹ ਕਮੇਡੀ ਸ਼ੋਅ ਹੈ, ਉਹ ਕੱਲ ਸਾਰੇ ਇਕੱਠੇ ਸੀ ਜੀ। ਸੋ ਇਸ ਲਈ ਕੱਲ ਚਾਹੇ ਉਸ ਮੰਚ ਤੋਂ ਬਰਜਿੰਦਰ ਹਮਦਰਦ ਨੇ ਸੰਬੋਧਨ ਕੀਤਾ ਹੋਵੇ, ਚਾਹੇ ਉਸੇ ਮੰਚ ਤੋਂ ਪ੍ਰਤਾਪ ਬਾਜਵਾ ਬੋਲੇ ਹੋਣ, ਚਾਹੇ ਉਸੇ ਮੰਚ ਤੋਂ ਸੁਖਬੀਰ ਬਾਦਲ ਹੋਵੇ, ਚਾਹੇ ਉਸੇ ਮੰਚ ਤੋਂ ਰਾਜਾ ਬੜਿੰਗ ਹੋਣ, ਚਾਹੇ ਉਸੇ ਮੰਚ ਤੋਂ ਅਸ਼ਵਨੀ ਸ਼ਰਮਾ ਹੋਵੇ, ਸੁਖਦੇਵ ਸਿੰਘ ਢੀਂਡਸਾ ਹੋਵੇ, ਨਵਜੋਤ ਸਿੰਘ ਸਿੱਧੂ ਹੋਵੇ, ਵਿਕਰਮ ਮਜੀਠੀਆ ਹੋਵੇ, ਹੈਨਾ ਚਾਹੇ ਉੱਥੋਂ ਹੀ ਚੰਦੂ ਮਾਜਰਾ ਹੋਵੇ, ਉੱਥੋਂ ਹੀ ਰਾਮੂ ਵਾਲੀਆ ਹੋਵੇ, ਉੱਥੋਂ ਹੀ ਗੜੀ ਹੋਵੇ, ਉੱਥੋਂ ਹੀ ਆਪਣਾ ਮਤਲਬ ਕਿ ਸੁਨੀਲ ਜਾਖੜ ਹੋਵੇ, ਉੱਥੋਂ ਹੀ ਚਰਨਜੀਤ ਚੰਨੀ ਹੋਵੇ, ਉੱਥੋਂ ਹੀ ਹਰਵਿੰਦਰ ਧਾਮੀ ਹੋਣ, ਤੇ ਉੱਥੋਂ ਹੀ ਖੱਬੀਆਂ ਧਿਰਾਂ ਦੇ ਨੁਮਾਇੰਦੇ ਹੋਣ, ਉੱਥੋਂ ਹੀ ਸਤਨਾਮ ਸਿੰਘ ਮਾਣਕ ਤੇ ਲਖਵਿੰਦਰ ਜੌਲ ਹੋਰੀ ਜਿਹੜੇ ਕਾਰਵਾਈ ਚਲਾ ਰਹੇ ਹੋਣ, ਸੋ ਸਾਰੀਆਂ ਧਿਰਾਂ ਕੱਲ੍ਹ ਇੱਕ ਮੰਚ ਤੇ ਲਗਭਗ ਸਿਆਸੀ ਧਿਰਾਂ ਸਾਰੀਆਂ। ਸੋ ਇਹਦਾ ਇੱਕ ਸੰਕੇਤ ਵੀ ਵੱਡਾ, ਇਹਦਾ ਇੱਕ ਸੁਨੇਹਾ ਵੀ ਸਰਕਾਰ ਨੂੰ ਵੱਡਾ, ਜੇਕਰ ਇੱਕ ਆਸ ਵੀ ਜਾਗਦੀ ਹੈ ਇਹਦੇ ਨਾਲ ਕਿ ਹੋ ਸਕਦਾ ਹੈ ਸਿਆਸਤਦਾਨਾਂ ਨੂੰ ਐਂ ਸਮਝ ਆ ਜਾਵੇ ਕਿ ਜੇ ਅਸੀਂ ਐਂ ਇੱਕ ਧਿਰ ਲਈ, ਇੱਕ ਅਦਾਰੇ ਲਈ, ਇੱਕ ਵਿਅਕਤੀ ਲਈ ਇਕੱਠੇ ਹੋ ਸਕਦੇ ਹਾਂ ਤਾਂ ਪੰਜਾਬ ਦੇ ਮਸਲਿਆਂ ਲਈ ਇਕੱਠੇ ਕਿਉਂ ਨਹੀਂ ਹੋ ਸਕਦੇ। ਜੀ ਇਹ ਚੰਗਾ ਹੁੰਦਾ, ਕੱਲ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਆ ਜਾਂਦੇ, ਹੋਰ ਨੀ ਫਿਰ ਨਿੱਜਰ ਆ ਜਾਂਦੇ। ਹਾਂ ਜੀ ਬਿਲਕੁਲ, ਅਜੇ ਵੀ ਸੱਤਾ ਤੋਂ ਬਹੁਤ ਆਸ ਹੈ। ਜੀ ਬਹੁਤ ਉਮੀਦਾਂ ਨੇ। ਸੋ ਇਸ ਲਈ ਇਹ ਇਹ ਕੱਲ ਦਾ ਵਰਤਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਮ ਪੰਜਾਬ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਸੀ ਹੋ ਨਿਬੜਿਆ, ਤੇ ਇਸ ਇਸ ਵਰਤਾਰੇ ਨੂੰ ਅਜੀਤ ਨੇ ਇੱਕ ਪੱਖ ਜ਼ਰੂਰ ਰੱਖਿਆ ਕਿ ਮੀਡੀਆ ਨਾਲ ਇੱਥੋਂ ਤੱਕ ਧੱਕਾ ਹੁੰਦਾ ਕਿ ਮੇਰੇ ਵਰਗੀ ਜਿਹੜੀ ਇੰਨੀ ਦੇਰ ਤੋਂ ਸਥਾਪਿਤ ਔਰ ਵੱਡੀ ਨਾਮੀ ਧਿਰ ਹੈ ਉਸ ਨੂੰ ਵੀ ਸਰਕਾਰਾਂ ਕਿਵੇਂ ਕਿਸ ਹੱਦ ਤੱਕ ਲਿਆਉਂਦੀਆਂ ਨੇ, ਇਹ ਇਹ ਵੀ ਇੱਕ ਦ੍ਰਿਸ਼ ਪੈਦਾ ਹੋਇਆ। ਪਰ ਮਤਲਬ ਕਿ ਹਾਈਕੋਰਟ ਦੇ ਹਵਾਲੇ ਉਹਨਾਂ ਨੇ ਕਿਹਾ ਕਿ ਸਾਨੂੰ ਰਾਹਤ ਮਿਲ ਗਈ। ਹਾਈਕੋਰਟ ਨੇ ਬੇਸ਼ੱਕ ਮਤਲਬ ਪੁੱਛਗਿੱਛ ਤੇ ਰੋਕ ਨਹੀਂ ਲਾਈ ਹਾਈਕੋਰਟ ਨੇ, ਪਰ ਇੰਨਾ ਜ਼ਰੂਰ ਕਿਹਾ ਕਿ ਭਾਈ ਸਰਕਾਰ ਜਵਾਬ ਤਾਂ ਦੇਵੇ ਕਿ ਕਿਸ ਆਧਾਰ ਤੇ ਆਏ ਸਾਰੀ ਜਾਂਚ ਪੜਤਾਲ, ਹੈ ਨਾ ਜੀ ਜੀ। ਤੇ ਹਾਈਕੋਰਟ ਨੇ ਇਹ ਵੀ ਪੁੱਛਿਆ ਕਿ ਤੁਸੀਂ ਭਾਈ ਜ਼ਰੂਰੀ ਹੈ ਕਿ ਤਲਬ ਕਰਕੇ ਹੀ ਪੁੱਛਣਾ, ਸਵਾਲ ਭੇਜ ਕੇ ਜਵਾਬ ਲੈ ਲਓ। ਅੱਛਾ ਜੀ ਨਾਲ ਬਿਲਕੁਲ ਨਾਲ ਇਹ ਵੀ ਹੁਕਮ ਦਿੱਤੇ ਨੇ ਕਿ ਜੇ ਤੁਸੀਂ ਕੱਲ ਨੂੰ ਪਰਚਾ ਕਰਨਾ ਹੈ, ਗ੍ਰਿਫਤਾਰੀ ਪਾਉਣੀ ਆ, ਤਾਂ 10 ਦਿਨ ਪਹਿਲਾਂ ਦੱਸਣਾ ਪੈਣਾ, ਇਤਲਾਹ ਕਰਨੀ ਪੈਣੀ। ਸੋ ਇਸ ਲਈ ਇਹ ਇੱਕ ਤਰ੍ਹਾਂ ਨਾਲ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਸਾਰੀ ਜਾਂਚ ਦਾ ਜਵਾਬ ਵੀ ਮੰਗਿਆ ਜੀ।
ਤੇ ਇੱਧਰ ਇਹਨਾਂ ਨੇ ਅਪੀਲ ਕੀਤੀ ਸੀ ਕਿ ਸਾਡਾ ਮਾਮਲਾ ਸਾਰਾ CBI ਨੂੰ ਦੇ ਦਿਓ, ਉਹਨਾਂ ਨੇ CBI ਤੋਂ ਦੇਣ ਤੋਂ ਵੀ ਇਨਕਾਰ ਕਰਤਾ। ਠੀਕ ਹੈ, CBI ਨੂੰ ਤਾਂ ਨਹੀਂ ਦਿੱਤਾ ਪਰ ਵਿਜੀਲੈਂਸ ਨੂੰ ਇੰਨਾ ਜ਼ਰੂਰ ਕਹਿਤਾ ਕਿ ਭਾਈ 10 ਦਿਨ ਪਹਿਲਾਂ ਦੱਸਣਾ ਪਊਗਾ ਜੀ ਗ੍ਰਿਫਤਾਰੀ ਪਾਉਣੀ ਹੈ ਜਾਂ ਪਰਚਾ ਦਰਜ ਕਰਨਾ, FIR ਕਰਨੀ ਹੈ, ਪੁੱਛਣੇ ਆ ਸਵਾਲ ਜਿਹੜੇ ਲਿਖ ਕੇ ਭੇਜ ਦਿਓ, ਜਵਾਬ ਆ ਜਾਣਗੇ ਤੁਹਾਨੂੰ। ਤੋ ਇਸ ਲਈ ਉਧਰੋਂ ਵੀ ਰਾਹਤ ਮਿਲੀ ਹੈ ਤੇ ਇੱਕ ਨਵੀਂ ਤਾਕਤ ਵੀ ਮਿਲੀ ਹੋਣੀ, ਕੱਲ ਰਾਜਨੀਤਿਕ ਧਿਰਾਂ ਸਾਰੀਆਂ ਇਕੱਠੀਆਂ ਸੀ, ਉਹਦੇ ਨਾਲ ਇੱਕ ਨਵੀਂ ਤਾਕਤ ਮਿਲੀ ਹੋਣੀ। ਪਰ ਪੰਜਾਬ ਦਾ ਬਾਕੀ ਮੀਡੀਆ ਜੇ ਆਪਣੇ ਆਪ ਨੂੰ ਲਵਾਰਸ ਕੱਲਿਆਂ ਮਹਿਸੂਸ ਕਰ ਰਿਹਾ, ਅਜੀਤ ਉਹ ਭੂਮਿਕਾ ਨਿਭਾ ਸਕਦਾ ਸੀ ਕਿ ਸਮੁੱਚਾ ਮੀਡੀਆ ਜਿਹਨੂੰ ਤੰਗ ਪਰੇਸ਼ਾਨ ਡਰਾਇਆ ਧਮਕਾਇਆ ਜਾਇਆ ਜਾ ਰਿਹਾ, ਜੇਕਰ ਉਹਦੀ ਧਿਰ ਬਣ ਕੇ ਮੂਹਰੇ ਆਉਂਦੇ ਸ਼ਾਇਦ ਹੋਰ ਵੱਡੀ ਲੜਾਈ ਹੋ ਸਕਦੀ ਸੀ। ਤੁਸੀਂ ਇੱਕ ਗੱਲ ਹੋਰ ਨੋਟ ਕਰੋ ਸਾਰੇ ਪ੍ਰਕਰਨ ਦੇ ਵਿੱਚੋਂ ਸ਼ਰਮਾ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਆਪਾਂ ਮੰਨ ਲੈਂਦੇ ਹਾਂ ਕਿ ਸਰਕਾਰਾਂ ਕਈ ਵਾਰੀ ਮੀਡੀਆ ਦੇ ਨਾਲ ਧੱਕਾ ਕਰ ਜਾਂਦੀਆਂ। ਅੰਮ੍ਰਿਤਪਾਲ ਦੇ ਵੇਲੇ ਜਦੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇ ਮਾਰੀਆਂ ਜਾਂ ਕੀਤੀਆਂ ਜਾ ਰਹੀਆਂ ਸੀ, ਉਦੋਂ ਪ੍ਰੋਟੈਸਟ ਕਵਰ ਕਰਨ ਤੱਕ ਗਏ ਪੱਤਰਕਾਰਾਂ ਨੂੰ ਸੱਦਿਆ ਗਿਆ ਕਿ ਤੁਸੀਂ ਹਾਂ ਤੁਸੀਂ ਗਏ ਕਿਉਂ? ਉਹਨਾਂ ਨੂੰ ਕਈਆਂ ਨੂੰ ਡਿਟੇਨ ਕੀਤਾ ਗਿਆ, ਕਈਆਂ ਦੇ ਫੋਨ ਨੰਬਰ ਲੈ ਕੇ, ਜਿਨ੍ਹਾਂ ਪੱਤਰਕਾਰਾਂ ਨੇ 8-8 ਮਹੀਨੇ 6-6 ਮਹੀਨੇ ਪਹਿਲਾਂ ਵੀ ਉਹਨਾਂ ਦੀ ਇੰਟਰਵਿਊ ਲਈ ਫੋਨ ਕੀਤਾ, ਉਹਨਾਂ ਨੂੰ ਸੱਦਿਆ ਗਿਆ, ਉਹ ਫੋਨ ਦਾ ਰਿਕਾਰਡ ਕੱਟ ਕੇ ਉਹਨਾਂ ਨੂੰ ਵੀ ਸੱਦਿਆ ਗਿਆ, ਉਹਨਾਂ ਨੂੰ ਵੀ ਸੱਦਿਆ ਗਿਆ, ਬਿਲਕੁਲ ਸਹੀ ਹੈ। ਤੇ ਦੂਜੀ ਗੱਲ, ਪੰਜਾਬ ਦੀਆਂ ਸਿਆਸੀ ਧਿਰਾਂ ਦੀ ਦੇਖੋ ਨਿੱਜ ਕਿੱਡਾ ਵੱਡਾ ਹੋ ਗਿਆ ਸਿਆਸਤ ਦੇ ਵਿੱਚ ਸ਼ਰਮਾ ਜੀ। ਮੱਤੇਵਾੜਾ ਮੋਰਚਾ ਲੱਗਿਆ, ਇਹਨਾਂ ਲੋਕਾਂ ਨੇ ਕੋਈ ਭਾਫ਼ ਨਹੀਂ ਕੱਢੀ, ਕੋਈ ਆਵਾਜ਼ ਨਹੀਂ ਚੁੱਕੀ ਲੋਕਾਂ ਦੀ ਖਾਤਰ। ਜੀਰੇ ਮੋਰਚੇ ਲੱਗਿਆ ਰਿਹਾ, ਦੱਸੋ ਕਿੰਨੇ ਕੁ ਲੀਡਰ ਜਿਹੜੇ ਅੱਜ ਜੱਫੀਆਂ ਪਾਈ ਜਾਂਦੇ, ਕਿੰਨੇ ਕੁ ਉੱਥੇ ਗਏ? ਇਹਦੇ ਨਾਲ ਨਾਲ ਤੁਸੀਂ ਜਲੰਧਰ ਵਾਲਾ ਮੋਰਚਾ ਕਵਰ ਕੀਤਾ ਜਿੱਥੇ ਘਰ ਢਾਏ ਗਏ ਸੀਗੇ ਉੱਥੇ, ਹਾਂਜੀ, ਕਿ ਕਿੰਨੇ ਕੁ ਲੀਡਰ ਗਏ ਉੱਥੇ, ਹੋਰ ਪੰਜਾਬ ਦੇ ਕਿੰਨੇ ਮਸਲੇ ਨੇ, ਕਿੰਨੇ ਕੁ ਲੀਡਰ? ਪਰ ਜਦੋਂ ਇੱਕ ਸਥਾਪਿਤ ਧਿਰ, ਇੱਕ ਉਹ ਧਿਰ ਜਿਹੜੀ ਮੀਡੀਆ ਦੇ ਨਾਲ ਵੀ ਜੁੜੀ ਹੈ ਤੇ ਵੈਸੇ ਵੀ ਲੀਡਰ ਜਿਹੜੇ ਉਹਨਾਂ ਦੇ ਦਰਬਾਰ 'ਚ ਜਾ ਕੇ ਨਮਸਕਾਰ ਕਰਨ ਦੇ ਆਦੀ ਹੈ, ਤੇ ਜਦੋਂ ਉੱਥੇ ਗੱਲ ਗਈ ਤੇ ਉਦੋਂ ਵੇਖ ਲਓ ਤੁਸੀਂ ਸਾਰੇ ਇਕੱਠੇ ਹੋ ਗਏ। ਠੀਕ ਹੈ, ਆਪਾਂ ਕਹਿੰਦੇ ਹਾਂ ਕਿ ਸਰਕਾਰਾਂ ਇਹ ਕਰਦੀਆਂ ਹੋਣਗੀਆਂ, ਉਹ ਕਰਦੀਆਂ ਹੋਣਗੀਆਂ, ਪਰ ਦੇਖੋ ਸ਼ਰਮਾ ਜੀ, ਜਿਹੜਾ ਬੰਦਾ ਬੇਗੁਨਾਹ ਹੈ ਉਹਨੂੰ ਜਾਂਚ ਦਾ ਸਾਹਮਣਾ ਕਰਨ ਤੋਂ ਕੀ ਡਰ ਹੈ? ਉਹ ਜਾਂਚ ਦਾ ਸਾਹਮਣਾ ਕਰੇ। ਉਹ ਸਾਬਕਾ ਮੈਂਬਰ ਪਾਰਲੀਮੈਂਟ ਨੇ, ਹਮਦਰਦ ਸਾਹਿਬ ਸਤਿਕਾਰਤ ਨੇ, ਪਰ ਜੇਕਰ ਉਹ ਸੱਚੇ ਸੁੱਚੇ ਨੇ, ਜੇਕਰ ਉਹਨਾਂ ਨੇ ਜੰਗੇ ਆਜ਼ਾਦੀ 'ਚ ਕੋਈ ਘੁਟਾਲਾ ਨਹੀਂ ਕੀਤਾ, ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ, ਫਿਰ ਉਹਨਾਂ ਨੂੰ ਸ਼ਰਮ ਚੇਪਕਾ ਦੀ ਹੈ। ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ, ਪਰ ਇਹ ਤਾਂ ਸਮਝ ਸਾਫ਼ ਹੁੰਦਾ ਕਿ ਮਸਲਾ ਅਖਬਾਰ ਦਾ ਹੀ ਹੈ। ਮਸਲਾ ਅਖਬਾਰ ਦਾ ਹੀ ਹੈ, ਟੇਢੀ ਉਂਗਲ ਕਰਕੇ ਘਿਓ ਇੱਕ ਧਿਰ ਕੱਢਣਾ ਚਾਹੁੰਦੀ ਹੈ, ਹਾਂ, ਤੇ ਦੂਜੀ ਧਿਰ ਕਹਿ ਰਹੀ ਹੈ ਕਿ ਜੀ ਸਾਡੇ ਤਾਂ ਘਿਓ ਛੱਡੋ ਤੁਸੀਂ, ਸਾਡਾ ਤਾਂ ਘਰ ਪਾਰ ਹੀ ਲੈ ਚੱਲੇ ਹੈ ਸਾਰਾ ਕੁਛ। ਬਿਲਕੁਲ, ਵਿਕਟਿਮਾਈਜੇਸ਼ਨ ਆ ਨਾ ਜਿਹੜੀ, ਉਹ ਵੀ ਇੱਕ ਅੱਜ ਕੱਲ ਟ੍ਰਿਕ ਬਣ ਚੁੱਕੀ ਹੈ। ਖੈਰ, ਇਹ ਚੀਜ਼ਾਂ ਸਾਰੀਆਂ ਲੋਕਾਂ ਦੀ ਯਾਦ ਰਹਿਣਗੀਆਂ, ਪਰ ਕੁੱਲ ਮਿਲਾ ਕੇ ਚਲੋ ਸਰਕਾਰ ਨੇ ਪਰਚਾ ਕੀਤਾ ਜਾਂ ਉਹਨਾਂ ਨੂੰ ਜਾਂਚ ਲਈ ਸੱਦਿਆ ਜਾਂਦਾ, ਜੋ ਵੀ ਹੈ ਉਹਨਾਂ ਨੇ ਕਾਨੂੰਨੀ ਚਾਰਾਜੋਈ ਕਰ ਲਈ, 10 ਦਿਨਾਂ ਦੀ ਮੁਹਲਤ ਵੀ ਮਿਲ ਗਈ, ਪ੍ਰਸ਼ਨਾਵਲੀ ਵੀ ਮਿਲ ਜਾਣੀ ਹੈ, ਉਹ ਠੀਕ ਹੈ, ਪਰ ਸਿਆਸੀ ਧਿਰਾਂ ਜ਼ਰੂਰ ਸ਼ੀਸ਼ਾ ਵੇਖਣ। ਸਿਆਸੀ ਧਿਰਾਂ, ਇਹ ਜ਼ਰੂਰੀ ਨਹੀਂ ਹੁੰਦਾ ਤਕੜੇ ਦੇ ਘਰੇ ਜਾ ਕੇ ਸਲੂਟ ਮਾਰਨਾ, ਮਾਤੜਾਂ ਵਾਲੀ ਵੀ ਖੜਨਾ ਚਾਹੀਦਾ ਸਿਆਸੀ ਧਿਰਾਂ ਨੂੰ।